ਵਣਜਾਰਾ ਨੋਮੈਡ ਤੁਸੀਂ ਇੱਕ ਚੀਜ਼ ਵੇਖੋਗੇ ਕਿ ਸਿੱਖ ਡਾਇਸਪੋਰਾ ਦੀ ਗੱਲ ਬਹੁਤ ਹੁੰਦੀ ਆ, ਤਾਂ ਨੋਮੈਡ ਮਤਲਬ ਟਰੈਵਲਿੰਗ, ਵਾਂਡਰਿੰਗ। ਇਹ ਜਿਹੜੀਆਂ ਚੀਜ਼ਾਂ, ਇੱਦਾਂ ਨਹੀਂ ਕਿ ਪੰਜਾਬ ਜਾ ਕੇ ਉੱਥੇ ਇੱਕ ਲਾਇਬ੍ਰੇਰੀ ਦੇ ਵਿੱਚ ਪਈਆਂ, ਇਹ ਚੀਜ਼ਾਂ ਉੱਥੋਂ ਡਿਸਪਰਸ ਹੋਈ, ਜਿੱਦਾਂ ਆਪਾਂ ਸਿੱਖ ਆਪ ਹੀ ਡਿਸਪਰਸ ਹੋ ਗਏ। ਜੀ, ਕਈ ਚੀਜ਼ਾਂ ਬਰਮਾ ਪਈਆਂ, ਕਈ ਚੀਜ਼ਾਂ ਆਲ ਕੰਟੀਨੈਂਟਸ, ਐਂਟਾਰਟਿਕਾ ਛੱਡ ਕੇ ਕਹਿ ਦਿਓ, ਇਟਸ ਐਵਰੀਵੇਅਰ। ਸੋ ਜਦੋਂ ਇਹ ਚੀਜ਼ਾਂ ਸੋਰਸ ਹੁੰਦੀਆਂ, ਇਟਸ ਨਾਟ ਕਿ ਇੱਕ ਤਰ੍ਹਾਂ ਦਾ ਕਹਿ ਦਿਓ ਟ੍ਰੈਜਰ ਹੰਟ ਹੋ ਜਾਂਦਾ। ਜੀ, ਇਟਸ ਅ ਫੈਸ਼ਨ ਕਿ ਸਾਨੂੰ ਇਹ ਨਹੀਂ ਪਤਾ ਕਿ ਜੇ ਇੱਥੋਂ ਮਿਲਿਆ ਕਹਿ ਦਿਓ ਬਰਮਾ ਤੋਂ, ਜੀ, ਸੇਮ ਚੀਜ਼ ਉੱਥੋਂ ਨਹੀਂ ਮਿਲਣੀ, ਨੈਕਸਟ ਟਾਈਮ ਪਾਕਿਸਤਾਨ 'ਚ ਹੋ ਸਕਦੀ ਹੈ। ਕਈ ਚੀਜ਼ਾਂ ਜਿੱਦਾਂ ਭਾਈ ਜੀ ਨੇ ਕਿਹਾ ਸੀਗਾ, ਇਨ ਔਰ ਪੰਜਾਬ ਜਾ ਕੇ ਸਾਡੇ ਮੋਮ ਡੈਡ ਦੇ ਘਰਾਂ ਦੇ ਵਿੱਚ, ਜੀ, ਸੋ ਐਂਡ ਵੈਂਕੂਵਰ ਡਾਊਨ ਟਾਊਨ, ਸੋ ਇਹ ਚੀਜ਼ਾਂ ਡਿਸਪਰਸ ਹੋ ਗਈਆਂ। ਸੋ ਦੈਟਸ ਵਨ ਆਫ ਦਾ ਬਿਗੇਸਟ ਥਿੰਗਸ ਅਬਾਊਟ ਦਿਸ, ਕਿ ਸਾਨੂੰ ਕਦੀ ਪਤਾ ਨਹੀਂ ਹੁੰਦਾ ਕਿੱਥੇ ਹੋਣਾ, ਇਟਸ ਆਲਵੇਜ਼ ਅ ਸਰਪ੍ਰਾਈਜ਼। ਵਣਜਾਰਾ ਨੋਮੈਡ, ਤੁਸੀਂ ਇੱਕ ਚੀਜ਼ ਵੇਖੋਗੇ ਕਿ ਸਿੱਖ ਡਾਇਸਪੋਰਾ ਦੀ ਗੱਲ ਬਹੁਤ ਹੁੰਦੀ ਆ, ਤਾਂ ਨੋਮੈਡ ਮਤਲਬ ਟਰੈਵਲਿੰਗ, ਵਾਂਡਰਿੰਗ। ਇਹ ਜਿਹੜੀਆਂ ਚੀਜ਼ਾਂ, ਇੱਦਾਂ ਨਹੀਂ ਕਿ ਪੰਜਾਬ ਜਾ ਕੇ ਉੱਥੇ ਇੱਕ ਲਾਇਬ੍ਰੇਰੀ ਦੇ ਵਿੱਚ ਪਈਆਂ, ਇਹ ਚੀਜ਼ਾਂ ਉੱਥੋਂ ਡਿਸਪਰਸ ਹੋਈ, ਜਿੱਦਾਂ ਆਪਾਂ ਸਿੱਖ ਆਪ ਹੀ ਡਿਸਪਰਸ ਹੋ ਗਏ। ਜੀ, ਕਈ ਚੀਜ਼ਾਂ ਬਰਮਾ ਪਈਆਂ, ਕਈ ਚੀਜ਼ਾਂ ਆਲ ਕੰਟੀਨੈਂਟਸ, ਐਂਟਾਰਟਿਕਾ ਛੱਡ ਕੇ ਕਹਿ ਦਿਓ, ਇਟਸ ਐਵਰੀਵੇਅਰ। ਸੋ ਜਦੋਂ ਇਹ ਚੀਜ਼ਾਂ ਸੋਰਸ ਹੁੰਦੀਆਂ, ਇਟਸ ਨਾਟ ਕਿ ਇੱਕ ਤਰ੍ਹਾਂ ਦਾ ਕਹਿ ਦਿਓ ਟ੍ਰੈਜਰ ਹੰਟ ਹੋ ਜਾਂਦਾ, ਜੀ, ਇਟਸ ਅ ਫੈਸ਼ਨ ਕਿ ਸਾਨੂੰ ਇਹ ਨਹੀਂ ਪਤਾ ਕਿ ਜੇ ਇੱਥੋਂ ਮਿਲਿਆ ਕਹਿ ਦਿਓ ਬਰਮਾ ਤੋਂ, ਜੀ, ਸੇਮ ਚੀਜ਼ ਉੱਥੋਂ ਨਹੀਂ ਮਿਲਣੀ, ਨੈਕਸਟ ਟਾਈਮ ਪਾਕਿਸਤਾਨ 'ਚ ਹੋ ਸਕਦੀ ਹੈ। ਕਈ ਚੀਜ਼ਾਂ ਜਿੱਦਾਂ ਭਾਈ ਜੀ ਨੇ ਕਿਹਾ ਸੀਗਾ, ਇਨ ਔਰ ਪੰਜਾਬ ਜਾ ਕੇ ਸਾਡੇ ਮੋਮ ਡੈਡ ਦੇ ਘਰਾਂ ਦੇ ਵਿੱਚ, ਜੀ, ਸੋ ਐਂਡ ਵੈਂਕੂਵਰ ਡਾਊਨ ਟਾਊਨ, ਸੋ ਇਹ ਚੀਜ਼ਾਂ ਡਿਸਪਰਸ ਹੋ ਗਈਆਂ। ਸੋ ਦੈਟਸ ਵਨ ਆਫ ਦਾ ਬਿਗੇਸਟ ਥਿੰਗਸ ਅਬਾਊਟ ਦਿਸ, ਕਿ ਸਾਨੂੰ ਕਦੀ ਪਤਾ ਨਹੀਂ ਹੁੰਦਾ ਕਿੱਥੇ ਹੋਣਾ, ਇਟਸ ਆਲਵੇਜ਼ ਅ ਸਰਪ੍ਰਾਈਜ਼।